डियर स्टूडेंट्स वेलकम टू अमृत सीनियर सेकेंडरी स्कूल क्लास एट्थ गणित अध्याय सातवें एक्सरसाइज सैवन पॉइंट टू कन कन मूल और गनमूल आज हम बेटा इसका फर्स्ट सम करेंगे अबाजी गुणनखंड विधि द्वारा गनमूल ज्ञात करें ज अपाज गुणनखंड विधि द्वारा कनमूल पता करो ठीक है बेटा फर्स्ट सम देखो सिक्सटी 64 ਦੇ ਆਪਾਂ ਭਾਜੀ ਗੁਰਨਖੰਡ ਵਿਧੀ ਨਾਲ ਕਣਮੂਲ ਕੱਢਣਾ ਹੈ ਠੀਕ ਹੈ ਕਣਮੂਲ ਚ ਆਪਾਂ ਬੇਟਾ 3 3 ਦੀ ਪੇਰ ਵੇਖਦੇ ਸੀ ਤੇ ਵਰਗ ਜਿਹੜਾ ਵਰਗਮੂਲ ਕੱਢਦੇ ਸੀ ਉਹਦੇ ਚ 2 2 ਦੇ ਪੇਰ ਠੀਕ ਹੈ ਕਣਮੂਲ ਚ ਆਪਾਂ ਕਿੰਨੇ ਦੇ ਪੇਰ ਵੇਖਣੇ ਆ 3 3 ਦੇ ਉਸ ਤੋਂ ਬਾਅਦ ਦੇਖੋ 64 ਲਿਖਿਆ ਬੇਟਾ 64 ਲਿਖਿਆ ਹੈ ਇਹਦਾ ਕਣਮੂਲ ਆਪਾਂ ਕਿੱਦਾਂ ਕੱਢਾਂਗੇ ਕਿ 64 ਪਹਿਲੇ ਕਿਹੜੇ ਨੰਬਰ ਤੇ ਟੇਬਲ ਤੇ ਜਾਏਗਾ ਦੇਖੋ ਬੇਟਾ 88 ਦਾ 64 ਵੀ ਹੁੰਦਾ ਬਟ ਤੁਸੀਂ ਇਹ ਨਹੀਂ ਕਰਨਾ ਕਿ ਸਿੱਧਾ ਨਿੰਨੂ 8 ਤੇ ਪੇਸਤਾ ਇਹ ਤੁਸੀਂ ਸਟੈਪ ਜੇ ਕਰੋਗੇ ਬੇਟਾ ਤਾਂ ਆਨਸਰ ਗਲਤ ਹੋ ਜਾਣਾ ਅਭਾਜੇ ਗੁਨਨਖੰਡ ਵਿਧੀ ਮਤਲਬ ਕਿ ਅਭਾਜ ਸੰਖਿਆਵਾਂ ਨਾਲ ਤੁਸੀਂ ਡਿਵਾਈਡ ਕਰਵਾਉਣੀ ਹੈ ਕਿਹੜੀਆਂ ਹੁੰਦੀਆਂ ਅਭਾਜ ਸੰਖਿਆਵਾਂ 2 3 5 7 11 13 17 ਠੀਕ ਹੈ ਇਹਨਾਂ ਚੋਂ ਦੇਖਣਾ ਕਿਹੜੇ ਟੇਬਲ ਤੇ ਜਾਂਦੇ ਆ ਨੰਬਰ ਪਹਿਲੀ ਸਟਾਰਟਿੰਗ ਚ 2 ਤੇ ਦੇਖਣਾ 3 ਤੇ 5 ਤੇ 7 ਤੇਦਾ ਕੰਟੀਨਿਊਸਲੀ ਦੇਖਣਾ ਹੈ ਠੀਕ ਹੈ ਉਸ ਤੋਂ ਬਾਅਦ ਦੇਖੋ ਬੇਟਾ ਅਪਾਤ ਸੰਖਿਆਵਾਂ ਕਿਹੜੀਆਂ ਹੁੰਦੀਆਂ ਨੇ ਜਿਹੜੀਆਂ ਸਿਰਫ ਆਪਣੇ ਹੀ ਟੇਬਲ ਤੇ ਜਾਣ ਬੇਟਾ ਉਹਨੂੰ ਕੀ ਕਹਿੰਦੇ ਆਪਾਂ ਅਪਾਜ ਸੰਖਿਆਵਾਂ ਦੇਖੋ 64 ਨੂੰ ਡਿਵਾਈਡ ਕਰਾਵਾਂਗੇ 64 2 ਦੇ ਟੇਬਲ ਤੇ ਜਾਏਗਾ ਹਾਂਜੀ ਜਾਏਗਾ ਕਿੰਨੇ ਤੇ ਜੇ ਨਹੀਂ ਪਤਾ ਲੱਗਦਾ ਡਿਵਾਈਡ ਕਰਵਾ ਲਓ ਮੈਂ ਤੁਹਾਨੂੰ ਪਿਛਲੇ ਵੀਡੀਓਸ 'ਚ ਵੀ ਦੱਸਿਆ ਸੀ ਬੇਟਾ 64 ਦੇਖਣਾ ਜੇ ਆਪਾਂ 2 ਦੇ ਟੇਬਲ ਤੇ ਜਾਂਦਾ ਹੈ ਨਹੀਂ ਜਾਂਦਾ 2 ਨਾਲ ਡਿਵਾਈਡ ਕਰਾਓ 2 3 ਜ਼ਾ 6 ਤੇ 2 2 ਜ਼ਾ 4 ਕਿੰਨੇ ਤੇ ਗਿਆ 32 ਦੇ ਠੀਕ ਹੈ ਇੱਥੇ ਕੀ ਆ ਜਾਏਗਾ 32 ਫਿਰ ਆਪਾਂ 2 ਦੇ ਗੁਣਾ ਲੰਘ ਕਿੰਨੇ ਤੇ ਹੈ ਨਾ 32 16 ਤੇ 2 ਦੇ ਟੇਬਲ ਤੇ 16 ਜਾਂਦਾ 8 ਤੇ 2 ਦੇ ਟੇਬਲ ਤੇ 4 8 ਜਾਂਦਾ 4 ਤੇ ਫਿਰ ਅੱਗੋਂ 2 ਤੇ ਜਾਏਗਾ ਤੇ 2 1 2 ਠੀਕ ਹੈ ਇਹ ਮੈਂ ਦੇਖੋ ਫਿਰ ਤੁਸੀਂ ਇਹਦੇ ਤਿੰਨ ਤਿੰਨ ਦੇ pair ਬਣਾ ਲਿਆ ਤਿੰਨ ਤਿੰਨ ਦੇ pair ਬਣਾ ਲੇ ਬੇਟਾ ਤਿੰਨ-ਤਿੰਨ ਦੇ pair ਜੋੜੇ ਕਿਉਂ ਬਣਾਣੇ ਆ ਜਾਂ ਯੁਗਮ ਕਿਉਂ ਬਣਾਣੇ ਆ ਬੇਟਾ ਦੇਖੋ ਇਸ ਕਰਕੇ ਆਪਾਂ ਬਣਾਣੇ ਆ ਕਿਉਂਕਿ ਸਾਨੂੰ ਘਣਮੂਲ ਕੱਢਣ ਲਈ ਕਿਹਾ ਹੈ ਜੇ ਵਰਗਮੂਲ ਕੱਢਣ ਲਈ ਕਿੰਦੇ ਤਾਂ ਫਿਰ ਆਪਾਂ ਕਿਹੜੇ pair ਬਣਾਉਣੇ ਸੀ 2-2 ਦੇ ਹੁਣ ਘਣਮੂਲ ਕੱਢਣ ਦੇ ਕਿਹਾ ਇਸ ਕਰਕੇ ਆਪਾਂ ਤਿੰਨ-ਤਿੰਨ ਦੇ pair ਬਣਾ ਲਿਆ 64 ਲਿਖ ਲਿਆ ਤੇ ਆਹ ਨੰਬਰ ਜਿਹੜੇ ਗੁਣਾ ਕਰਕੇ ਆਂਦੀ ਹੈ ਲਿਖ ਲੈ ਹੁਣ ਤਿੰਨ-ਤਿੰਨ ਦੇ pair ਬਣਾਣੇ ਵਰਗਮੂਲ ਚ ਬੇਟਾ ਆਪਾਂ ਐ ਸਾਈਨ ਪਾਈਦਾ ਹੈ ਦੇਖੋ ਠੀਕ ਹੈ ਤੇ ਘਣਮੂਲ ਚ ਆਪਾਂ ਇਹਦੇ ਉੱਪਰ 3 ਲਿਖਾਂਗੇ ਠੀਕ ਹੈ ਕਣਮੂਲ ਚ ਆਪਾਂ ਇਹਦੇ ਉੱਪਰ 3 ਲਿਖਾਂਗੇ 64 ਦਾ ਕਣਮੂਲ ਕੀ ਨਿਕਲ ਗਿਆ 2 ਐ 3 ਦਾ ਇੱਕ ਬਣ ਜਾਣਾ ਐ ਵੀ 3 ਦਾ ਇੱਕ ਨੰਬਰ ਬਣ ਜਾਣਾ ਉੱਥੇ 2 ਦਾ ਇੱਕ ਬਣਦਾ ਸੀ ਇੱਥੇ ਕਿੰਨੇ ਦਾ ਇੱਕ ਬਣਨਾ ਹੈ 3 ਨੰਬਰ ਦਾ ਇਹ 3 ਨੰਬਰ ਦਾ ਇੱਕ 2 ਬਣ ਗਿਆ ਐ 3 ਨੰਬਰ ਦਾ ਇੱਕ 2 ਬਣ ਗਿਆ 2 ਨੂੰ 2 ਨਾਲ ਗੁਣਾ ਕੀਤਾ ਕਿੰਨਾ ਆ ਗਿਆ 4 ਮਤਲਬ 64 ਦਾ ਕਣਮੂਲ ਕੀ ਨਿਕਲ ਗਿਆ 4 ਮਤਲਬ ਕਿ 4 ਨੂੰ ਜੇ ਆਪਾਂ 3 ਵਰੀ ਗੁਣਾ ਕਰਾਂਗੇ चार गुना चार गुना चार फिर साढ़े को की आएगा सिक्सटी फोर जाने की चौंठ ठीक है नैक्सट देखो सत्त सौ उन्ती सत्त सौ उन्ती दो दे टेबल पर नहीं जाना डिवाइड करके देख हो तीन द टेबल पर जाएगा किन्ने जाना टू फोर्टी थ्री से थ्री एटी वन जा टू फोर्टी थ्री फिर एटी वन से गया फिर थ्री ट्वेंटी सैवन जा थ्री नाइन जा ट्वेंटी सैवन थ्री थ्री जा नाइन थ्री वन जा थ्री डिवाइड करा के बेटा देख ਅੱਗੇ ਗਿਆ 7 ਸਤੁਨਤੀ ਸਤੁਨਤੀ ਲਿਖ ਲਿਆ ਹੁਣ ਜਿਹੜੀ ਇੱਥੇ ਤਿੰਨ ਤਿੰਨ ਦੀ ਪੇਰ ਬਣਾਨੀ ਸੀ ਬੇਟਾ ਉਹ ਲਿਖ ਲਈ ਥੱਲੇ ਆ ਤਿੰਨ ਦਾ ਇੱਕ ਪੇਰ ਬਣ ਗਿਆ ਆ ਵੀ ਤਿੰਨ ਦਾ ਇੱਕ ਪੇਰ ਬਣ ਗਿਆ ਤਿੰਨ ਨੂੰ ਤਿੰਨ ਨਾਲ ਗੁਣਾ ਕੀਤਾ 9 ਤੇ ਇੱਥੇ ਬੇਟਾ ਉੱਪਰ ਐ ਸਾਈਨ ਬਾਗ ਉੱਪਰ 3 ਜ਼ਰੂਰ ਪਾਣਾ ਜੇ ਤੁਸੀਂ ਨਹੀਂ ਪਾਉਗੇ ਉਹ ਵਰਗਮੂਲ ਦਾ ਸਾਈਨ ਬਣ ਜਾਏਗਾ ਤੇ ਤੁਹਾਡਾ ਸਭ ਗਲਤ ਹੋ ਜਾਏਗਾ ਠੀਕ ਹੈ ਤੁਸੀਂ ਘਾਟਮੂਲ ਕੱਢਣਾ ਉੱਪਰ 3 ਜ਼ਰੂਰ ਪਾਣਾ ਕੀ ਆ ਗਿਆ ਤੁਹਾਡੇ ਕੋ 9 ਠੀਕ ਹੈ ਬੇਟਾ ਇਹਦੇ ਰਿਲੇਟਿਡ ਮੈਂ ਤੁਹਾਨੂੰ बाकी सब होमवर्कली दें आंसर भी मैच कर लेना मैं तुम आंसर गिवन देते हैं तो बाकी सब तुद ट्राई करना नैक्सट देखो बेटा आपकेंड पार्ट करा सत्य है या असत्य है डाय right, फॉल्स करने हैं ठीक है मैं थानू समझावगी ठीक है पंजाबी मीडियम वाले बच्चे भी देख लैन स्टेटमेंट इतों उतार लैन आंसर दोवे सेम आने हैं सच या झूठ तुम आप अगे लिख सकते हो ठीक है ਬੱਡ ਸਮਝ ਉਥੋ ਲੋ ਹਾਂ ਜੀ ਦੇਖੋ ਬੇਟਾ ਫਸਟ ਕੀ ਹੈ ਕਿਸੇ ਵੀ ਵਿਸ਼ਮ ਸੰਖਿਆ ਦਾ ਘਣ ਸਮ ਹੁੰਦਾ ਹੈ ਅਨੰਦ ਦੇਖਿਆ ਉਹਨਾਂ ਨੇ ਕੀ ਕਿਹਾ ਸਾਨੂੰ ਕਿ ਕੋਈ ਵੀ ਵਿਸ਼ਮ ਸੰਖਿਆ ਜੇ ਆਪਾਂ ਉਹਦਾ ਘਣ ਕੱਢੀਏ ਤੇ ਉਹ ਕੀ ਹੁੰਦਾ ਸਮ ਹੁੰਦਾ ਠੀਕ ਹੈ ਆਪਾਂ ਦੇਖਾਂਗੇ ਸਮ ਹੁੰਦਾ ਜਾਂ ਨਹੀਂ ਹੁੰਦਾ ਜੇ ਆਪਾਂ ਇੱਕ ਦਾ ਕਯੂਬ ਕਰਦੇ ਹਾਂ ਘਣ ਕੱਢਿਆ 1 ਕੀ ਹੈ ਵਿਸ਼ਮ ਸੰਖਿਆ ਜੇ 1 ਦਾ ਕਯੂਬ ਕਰਾਂਗੇ ਸਾਡੇ ਕੋਲ 1 ਆਏਗਾ ਠੀਕ ਹੈ 3 ਦਾ ਕਯੂਬ ਕਰਾਂਗੇ ਸਾਡੇ ਕੋ ਕਿੰਨਾ ਆਏਗਾ 27 ਤੇ 27 ਕੀ ਸਮ ਸੰਖਿਆ ਹੈ ਨਹੀਂ ਇਹ ਕੀ ਹੋ ਗਿਆ ਸਾਡੇ ਕੋ ਫਾਲਸ ਕਿਸੇ ਵੀ ਵਿਸ਼ਮ ਸੰਖਿਆ ਦਾ ਗਣ ਸਮ ਹੁੰਦਾ ਹੈ ਕੀ ਆਏਗਾ ਫਾਲਸ ਜਿੰਨੂੰ ਆਪਾਂ ਹਿੰਦੀ ਚ ਕੀ ਕਹਿੰਦੇ ਆ ਅਸत्य ਠੀਕ ਹੈ ਹਾਂ ਜੀ ਦੇਖੋ ਬੇਟਾ ਸੈਕਿੰਡ ਨੰਬਰ ਵਾਲਾ ਟ्रू ਫਾਲਸ ਦੇਖੋ ਇੱਕ ਪੂਰਨ ਗਣ ਦੋ 0 ਪਰ ਸਮਾਪਤ ਨਹੀਂ ਹੁੰਦਾ ਇਹਨਾਂ ਨੇ ਕਿਹਾ ਜ ਕੋਈ ਵੀ ਨੰਬਰ ਚ ਇੱਕ ਪੂਰਨ ਗਣ ਕਰਾਂਗੇ ਉਹਦਾ ਤੇ ਦੋ 0 ਤੇ ਸਮਾਪਤ ਨਹੀਂ ਹੁੰਦਾ ਦੇਖੋ 10 ਦਾ ਕਯੂਬ ਕਰਾਂਗੇ ਤੇ ਕਿੰਨਾ ਆਏਗਾ 10 10 10 ਕਿੰਨਾ ਆਏਗਾ 1000 ਆ ਕਿੰਨੇ ਸ਼ੂਨਿਆਂ ਤੇ ਸਮਾਪਤ ਹੁੰਦਾ ਹੈ 3 ਸ਼ੂਨਿਆਂ ਤੇ ਜੇ ਆਪਾਂ 20 ਦਾ ਕਰਾਂਗੇ ਇਦਾਂ ਹੀ 20 20 20 8000 ਇਹ ਕਿੰਨੇ ਤੇ ਸਮਾਪਤ ਹੁੰਦਾ ਹੈ 3 ਤੇ ਠੀਕ ਹੈ 3 ਤੇ ਸਮਾਪਤ ਹੁੰਦਾ ਹੈ ਇਹਦਾ ਕੀ ਮਤਲਬ ਹੈ ਬੇਟਾ ਉਹਨਾਂ ਨੇ ਸਾਨੂੰ ਉੱਪਰ ਕੀ ਕਿਹਾ ਸੀ एक पूर्ण गण दो शून्य पर समापत नहीं होता क्या पूर्ण गण है दो शून्य तो से समाप्त नहीं होता एक ही क्या उन्होंने सही किया ठीक है ट्रू आएगा सत्य ज सच यदि किसी संख्या का वर्ग पांच पर समापत होता है तो उसका गण पच्चीस पर समापत होता है देखा आप बेटा आप दा वर्ग करेंगे ठीक है पंचना गुणा किया पच्ची आ गया ਕਿਆ ਤਾਂ ਉਸਕਾ ਗਨ ਉਹੀ ਨੰਬਰ ਦਾ ਗਣਨ ਕਰਾਂਗੇ ਤੇ 25 ਦੇ ਸਿਮਾਪਤ ਹੁੰਦਾ 5 ਦਾ ਕਯੂਬ ਕਰਾਂਗੇ ਠੀਕ ਹੈ 5 ਦਾ ਜੇ ਆਪਾਂ ਗਣ ਕੱਢਾਂਗੇ 5 ਦਾ ਕਯੂਬ 5 ਨੂੰ 5 ਨਾਲ ਗੁਣਾ ਕਰਾਂਗੇ 25 ਨੂੰ 5 ਨਾਲ ਗੁਣਾ ਕੀਤਾ ਬੇਟਾ ਦੇਖੋ 5 5 5 ਕਰਾਂਗੇ ਨਾ ਠੀਕ ਹੈ 5 5 25 5 2 10 12 1 2 5 125 125 ਵਿੱਚ ਬੇਟਾ ਦੇਖੋ ਲਾਸਟ ਇੱਥੇ ਤੁਹਾਡੇ ਕੋਲ ਬਚੀ ਆਂਦੀ ਹੈ ਇਹਦੀ ਅਕੋਰਡਿੰਗ ਥੀ ਇਹ ਠੀਕ ਹੈ ठीक है बट जो आप करा पंद्रह नदर का गुणा करा तो आएगा दो सौ पच्ची दो सौ पच्चीस लास्ट से इत आ देखो यदि किसी संख्या का वर्ग पाँच पर समाप्त हो वर्ग कित संख्या का तो कितने समाप्त हो पाँच पर तो उसका गण पच्चीस पर समाप्त होगा जो ही नंबर का आपका कारण करा तो कि तीन हज़ार तीन सौ पचहत्तर पच्चीस से समाप्त नहीं होंगे पैया इस करके कहेंगे फॉल्स या असत्य जूठ ऐसा कोई पूर्ण घन नहीं है जो 8 पर समाप्त होता है 2 ਦਾ ਪੂਰਨ ਘਣ ਕਰਾਂਗੇ ਤੇ ਕਿੰਨਾ ਹੋਏਗਾ 8 ਫਿਰ ਇਹਨਾਂ ਨੇ ਕੀ ਕਿਹਾ ਗਲਤ ਕਿਹਾ ਇੱਕ ਅੰਕੋ ਕੀ ਸੰਖਿਆ ਕਾ ਘਣ 3 ਅੰਕੋ ਵਾਲੀ ਸੰਖਿਆ ਹੋ ਸਕਤੀ ਹੈ ਉਹਨਾਂ ਨੇ ਕਿਹਾ ਜੇ ਕੋਈ ਆਪਾਂ ਇੱਕ ਅੰਕਿਆ ਵਾਲੀ ਸੰਖਿਆ ਲਵਾਂਗੇ ਤੇ ਉਹ ਦਾ ਜੇ ਆਪਾਂ ਘਣ ਕਰਾਂਗੇ ਤੇ ਤਿੰਨ ਅੰਕਾ ਵਾਲੀ ਸੰਖਿਆ ਹੋ ਸਕਦੀ ਹੈ ਸਭ ਤੋਂ ਵੱਡਾ ਇੱਕ ਅੰਕ ਵਾਲੀ ਨੰਬਰ ਕਿਹੜਾ ਹੈਗਾ 9 9 ਹੀ ਹੈ 9 ਨੂੰ ਆਪਾਂ 3 ਨਾਲ ਗੁਣਾ 9 ਨੂੰ तीन बारी गुणा करेंगे तो क्या आएगा नाइन मल्टीप्लाई नाइन मल्टीप्लाई नाइन ठीक है यही आएगा बेटा हूँ देखो दो अंकों वाली संख्या सॉरी एक दो अंकों की संख्या का घन दो अंक वाली सब 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 तो छोटा है दो अंक वाला है। दस दो अंकों की संख्या का घन तीन अंकों वाली संख्या हो सकती है ठीक है दो अंक वाली संख्या कड़ी गई दस दस क्यूब करेंगे आप तो है दस गुणा दस गुणा दस कि आएगा एक दो तीन चार देखो हजार आया कि अंक वाली संख्या एक दो तीन चार अंक वाली तीन अंक वाली संख्या नहीं ये चार अंकों वाली संख्या है फिर ये की आएगा रॉन्ग फॉल्स आएगा देखो बेटा ध्यान ना समझो दो अंकों की संख्या का गण ठीक है दो अंक है दस एक तो जीरो दो अंक ही घन करा तीन अंकों वाली संख्या हो सकती है कि तीन अंकों वाली संख्या है जो आप दो अंकों वाले नंबर का कारण करा तो किए चार अंकों वाली ये क्यों होगा बेटा फोल्स होगा अगर देखो दो अंकों की संख्या के गन में सात या अधिक अंक हो सकती है दो अंकों वाली सब तो वो संख्या कड़ी है नाइनटी नाइन जो आप करा तो कि आद्या नाइन सैवन जीरो टू डबल नाइन ठीक है ਇੱਕ ਕਿੰਨੇ ਅੰਕਾਂ ਵਾਲੀ ਸੰਖਿਆ ਹੈ 1 2 3 4 5 6 ਅੰਕជា 7 ਤਿਆ 7 ਤੋਂ ਵੱਧ ਮਤਲਬ ਕਿ ਇਹਦੇ ਗਲਤ ਆ ਗਿਆ ਦੋ ਅੰਕਾਂ ਵਾਲੀ ਸਭ ਤੋਂ ਵੱਡੀ ਸੰਖਿਆ 99 ਹੈ ਜੇ ਇਹਦਾ ਘਣ ਨਹੀਂ ਨਹੀਂ ਆਉਂਦੀ ਤੇ ਬਾਕੀ ਛੋਟੇ ਨੰਬਰ ਹੈ ਉਹਦਾ ਘਣ ਵੀ ਨਹੀਂ ਆਏਗਾ ਠੀਕ ਹੈ ਅਗੇ ਦੇਖੋ ਇੱਕ ਅੰਕ ਵਾਲੀ ਸੰਖਿਆ ਦਾ ਘਣ ਇੱਕ ਅੰਕ ਵਾਲੀ ਸੰਖਿਆ ਹੋ ਸਕਦੀ ਹੈ ਦੇਖੋ ਇੱਕ ਅੰਕ ਵਾਲੀ ਸੰਖਿਆ ਕਿਹੜੀ ਦੋ ਦੋ ਦਾ ਘਣ ਕਰਾਂਗੇ ਤੇ 8 ਆ ਗਿਆ ਉਹ ਵੀ ਇੱਕ ਅੰਕ ਵਾਲਾ ਹੈ ਤੇ ਹੋ ਸਕਦੀ ਹੈ ਠੀਕ ਕਿਹਾ ਇਹਨਾਂ ਨੇ ਠੀਕ ਹੈ ਸਾਰਿਆਂ ਚ ਨਹੀਂ ਹੋਏਗੀ ਪਰ ਉਹਨਾਂ ਨੇ ਕਿਹਾ ਹੋ ਸਕਦੀ ਹੈ ਕਿ ਹੋ ਸਕਦੀ ਹੈ ਪੋਸੀਬਲ ਹੈਗਾ ਹੈ ਹਾਂਜੀ ਪੋਸੀਬਲ ਹੈਗਾ ਦੋਨੋਂ ਆਪਾਂ ਤਿੰਨ ਵਾਰੀ ਗੁਣਾ ਕਰਾਂਗੇ ਤੇ ਆਪਾਂ ਸਾਡ ਕੋ ਕਿੰਨਾ ਹੈਗਾ 8 ਤੇ 8 ਵੀ ਕੀ ਹੈ ਇੱਕ ਅੰਕ ਵਾਲੀ ਸੰਖਿਆ ਠੀਕ ਹੈ ਬੇਟਾ ਨੈਕਸਟ ਦੇਖੋ ਬੇਟਾ ਥਰਡ ਸਮ ਤੁਹਾਨੂੰ ਇਹ ਦੱਸਿਆ ਜਾਂਦਾ ਹੈ ਕਿ 3131 ਇੱਕ ਪੂਰਨ ਘਣ ਹੈ ਕਿ ਬਿਨਾ ਗੁਨਨਖੰਡ ਕੀਤੇ ਤੁਸੀਂ ਇਹ ਅਨੁਮਾਨ ਲਗਾ ਸਕਦੇ ਹੋ ਕਿ ਇਸ ਦਾ ਕੰਨਮੁੱਲ ਕੀ ਹੈ ਇਸੇ ਤਰ੍ਹਾਂ ਬਾਕੀ ਨੰਬਰ ਜਿਹੜੇ ਦਿੱਤੇ ਹੋਏ ਸਾਨੂੰ 4913 ਠੀਕ ਹੈ 12167 ਅਤੇ 32768 ਦੇ ਕੰਨਮੁੱਲਾਂ ਦਾ ਅਨੁਮਾਨ ਲਗਾਓ ਕਿ ਬਾਕੀਆਂ ਦੇ ਵੀ ਕੰਨਮੁੱਲ ਕੱਢੋ ਬਿਨਾਂ ਗੁਣਨਖੰਡ ਕੀਤੇ ਹਿੰਦੀ ਮੇਢੇ ਵਾਲੇ ਬੱਚੇ ਦੇਖੋ ਆਪਕੋ ਇਹ بتایا ਜਾਂਦਾ ਹੈ ਕਿ 1331 ਇੱਕ ਪੂਰਨ ਗਣ ਹੈ ਕਿ ਆ ਬਿਨਾਂ ਗੁਣਨਖੰਡ ਕੀਏ ਆਪ ਇਹ ਅਨੁਮਾਨ ਲਗਾ ਸਕਦੇ ਹੈ ਕਿ ਇਸਕਾ ਗਨਮੂਲ ਕੀ ਹੈ ਇਸੇ ਪ੍ਰਕਾਰ ਜੋ ਬਾਕੀ ਨੰਬਰ ਬੇਟਾ ਆਪਕੋ دیے ਹੋਗੇ ਆਪਨੇ ਉਸਕਾ ਵੀ ਗਨਮੂਲ ਦਾ ਅਨੁਮਾਨ ਲਗਾਣਾ ਹੈ ਠੀਕ ਹੈ ਹਾਂਜੀ ਬੇਟਾ ਇਹ ਸਮਸ ਨੂੰ ਧਿਆਨ ਨਾਲ ਦੇਖਣਾ ਜਿਵੇਂ ਆਪਾਂ 1 ਦਾ ਕਯੂਬ ਕੀਤਾ 1 ਆ 2 ਦਾ ਕਯੂਬ ਕੀਤਾ 8 ਆ 3 ਦਾ ਕਯੂਬ ਕੀਤਾ 27 4 ਦਾ ਕਯੂਬ 5 ਦਾ ਕਯੂਬ 6 ਦਾ 7 ਦਾ 8 ਦਾ 9 ਦਾ ਲਿਖ ਲਿਆ ਆਪਾਂ ਠੀਕ ਹੈ ਹੁਣ ਇਹ ਕਯੂਬ ਰੂਟ ਦਾ ਨੂੰ ਯਾਦ ਹੋਣ ਹੋ ਜਨ ਚਾਹੇ ਤੁਸੀਂ ਦਾ ਰੱਫ ਸਾਈਡ ਤੇ ਲਿਖ ਸਕਦੇ ਹੋ ਇੱਲਾਤੜਕੋ ਨੰਬਰ ਕੀ ਗਈ ਬੇਟਾ 1331 ਬਿਨਾ ਆਪਾਂ ਗੁਨਣਖੰਡ ਕੀਤੇ ਦੱਸਾਂਗੇ ਕਿ ਇਹ ਇਹਦਾ ਘਣਮੂਲ ਕੀ ਨਿਕਲੇਗਾ ਦੇਖੋ ਪਹਿਲੇ ਬੇਟਾ ਥਿਊਬ ਹੈ ਨਾ ਮਤਲਬ ਕਿ ਘਣਮੂਲ ਹੈ ਨਾ ਤੇ ਆਪਾਂ ਪਿੱਛੋਂ ਵਰਗਮੂਲ ਜੋ ਆਪਾਂ ਪਿੱਛੋਂ 2 2 ਦੇ ਪੇਰ ਬਣਾਣਾ ਸ਼ੁਰੂ ਕਰਦੇ ਸੀ ਘਣਮੂਲ ਚ ਕਿੰਨੇ ਦੇ ਪੇਰ ਬਣਾਵਾਂਗੇ ਤਿੰਨ ਦੇ ਤੇ ਜਿਹੜਾ 1331 ਦਿੱਤਾ ਆ ਫਸਟ ਨੰਬਰ ਤੁਹਾਨੂੰ ਪਿੱਛੋਂ ਤਿੰਨ ਦੇ ਪੇਰ ਬਣਾਈ ਠੀਕ ਹੈ ਤਿੰਨ ਦੇ ਪੇਰ ਬਣਾ ਲੇ ਤਿੰਨ ਦੀ ਪੇਰ ਬਣਾ ਕੇ ਪਹਿਲੇ ਤੁਸੀਂ ਲੈ ਲੈਣਾ ਕਿ 1331 ਦਾ ਇਕਾਈ ਦਾ ਅੰਕ ਕੀ ਹੈ ਸਾਡੇ ਕੋਲ 1 ਇਕਾਈ ਦਾ ਅੰਕ ਕੀ ਹੈ 1 ਹੈਗਾ ਠੀਕ ਹੈ ਤੇ 1 ਦਾ ਜੇ ਆਪਾਂ ਦੇਖੋ 1 ਦਾ ਜੇ ਆਪਾਂ ਘਰ ਮੂਲ ਦੇਖੀਏ ਕੀ ਆਂਦਾ ਹੈ 1 ਦਾ 1 ਹੀ ਆਂਦਾ ਹੈ ਮਤਲਬ ਕਿ ਪਿੱਛੇ ਕੀ ਲੱਗ ਜਾਏਗਾ 1 ਠੀਕ ਹੈ ਪਿੱਛੇ ਕੀ ਲੱਗ ਜਾਏਗਾ ਤੁਹਾਡੇ ਕੋਲ 1 ਲੱਗ ਜਾਏਗਾ ਉਸ ਤੋਂ ਬਾਅਦ ਮਤਲਬ ਕਿ ਜਿਹੜਾ ਤੁਹਾਡਾ ਆਨਸਰ ਹੋਏਗਾ ਜਿਵੇਂ 1331 ਹੈ ਇਦਾਂ ਤੇ ਜਿਹੜਾ ਉਹਦਾ ਆਨਸਰ ਆਏਗਾ ਉਹਦਾ ਪਿੱਛੇ ਕੀ ਆਏਗਾ 1 ਫਿਰ ਦੇਖੋ ਬੇਟਾ 1331 ਵਿੱਚ ਇਕਾਈ ਦਾ ਅੰਕ ਕੀ ਹੈ 1 ਤੇ 1 ਦਾ ਘਣਮੂਲ ਕਿੰਨਾ ਹੈ 1 ਤੇ ਆਪਾਂ ਪਿੱਛੇ ਕੀ ਲਾ ਦੇਣਾ ਬੇਟਾ 1 ਉਸ ਤੋਂ ਬਾਅਦ ਤੁਹਾਡੇ ਕੋਲ ਅੱਗੇ ਕਿਹੜਾ ਨੰਬਰ ਬਚਦਾ ਹੈ ਪੇਅਰ ਬਣਾਉਣ ਤੋਂ ਬਾਅਦ ਪੇਅਰ ਬਣ ਗਏ ਨੇ ਤੇ ਅੱਗੇ ਕਿਹੜਾ ਨੰਬਰ ਬਚਿਆ ਸੀ ਤੁਹਾਡੇ ਕੋਲ 1 ਠੀਕ ਹੈ ਤੇ 1 ਕਿਹੜੇ ਨੰਬਰ ਤੇ ਆਉਂਦਾ लास्ट ਤੇ 1 ਹੀ ਆਉਂਦਾ ਠੀਕ ਹੈ 1 ਹੀ ਆਉਂਦਾ ਨਾ ਫਿਰ ਇੱਥੇ ਕੀ ਆਏਗਾ 11 ਉਹੀ ਨੰਬਰ ਤੁਸੀਂ ਅੱਗੇ ਲਾਣਾ ਹੈ ਪਹਿਲੇ ਤੁਸੀਂ ਪਿਛਲਾ ਨੰਬਰ ਲਿਖਣਾ ਹੈ ਫਿਰ ਤੁਸੀਂ ਅਗਲਾ ਨੰਬਰ ਲਿਖਣਾ ਹੈ 11 ਤੁਹਾਡਾ ਕੀ ਹੋਏਗਾ ਆਨਸਰ ਕਿ 1331 ਦਾ ਘਾਣਮੂਲ ਤੁਹਾਡੇ ਕੋਲ ਕੀ ਨਿਕਲੇਗਾ 11 ਠੀਕ ਹੈ ਨੈਕਸਟ ਹੁਣ ਇਹ ਨੰਬਰ ਦਿੱਤਾ ਆ ਸੀ 4913 4913 ਵਿੱਚੋਂ ਪਹਿਲੇ 3 ਦੇ ਪਿੱਛੇ ਪੇਰ ਬਣਾ ਲੈ ਠੀਕ ਹੈ ਫਿਰ 4913 ਚ ਆਪਾਂ ਸੈਕਿੰਡ ਸਮ ਪਾਰਟ ਚੱਕੀ ਦੇ ਦਿਆ ਇਕਾਈ ਦਾ ਅੰਕ 3 ਪਾਰਟਸ ਤੇ ਬੇਟਾ ਡਿਵਾਈਡ ਕਰਨਾ ਹੈ ਚਾਰਜ ਪਹਿਲੀ ਆਪਾਂ ਪਿੱਛੇ ਪੇਅਰ ਬਣਾਨੀ ਹੈ ਉਸ ਤੋਂ ਬਾਅਦ ਆਪਾਂ ਇਕਾਈ ਦਾ ਅੰਕ ਵੇਖਣਾ ਹੈ ਇਕਾਈ ਦਾ ਅੰਕ ਕੀ ਹੈ ਸਾਡੇ ਕੋਲ ਤਿੰਨ ਤਿੰਨ ਹੈ ਨਾ ਹੁਣ ਇਹੀ ਨੰਬਰਾਂ 'ਚ ਦੇਖੋ ਬੇਟਾ ਕਿ ਐਸਾ ਕਿਹੜਾ ਨੰਬਰ ਹੈ ਜਿਹਦੇ ਪਿੱਛੇ ਤਿੰਨ ਆਉਂਦਾ ਪਿਆ ਐਸਾ ਕਿਹੜਾ ਨੰਬਰ ਹੈ ਜਿਹਦੇ ਪਿੱਛੇ ਸਾਡੇ ਕੋਲ ਤਿੰਨ ਆਉਂਦਾ ਪਿਆ ਦੇਖੋ ਕਿਹੜਾ ਨੰਬਰ ਹੋ 343 ਕਿਤੇ ਕਿਹਦਾ ਹੀ 7 ਮਤਲਬ ਕਿ ਤੁਸੀਂ ਇੱਥੇ ਕੀ ਲਿਖ ਦੇਣਾ ਪਿੱਛੇ 7 ਠੀਕ ਹੈ ਅੱਜ ਜੇ ਤੁਸੀਂ ਬੇਟਾ ਪਿਛਲਾ ਹੀ ਲਿਖਿਆ ਇਹ ਇਹੀ ਲਿਖਣਾ ਹੈ ਇਹਨੂੰ ਅਗਲੇ ਵਾਲੇ ਨੂੰ ਦੇਖਣਾ ਉਹ ਮੈਂ ਤੁਹਾਨੂੰ ਦੱਸਾਂਗੀ ਕਿਵੇਂ ਆਇਆ ਤਿੰਨ ਐਵਲੇ ਨੰਬਰ ਤੇ ਆਉਂਦੇ ਹੈ ਕਿਹਦਾ ਘਣਮੂਲ ਸੀ 7 ਦਾ ਇੱਥੇ ਆਪਾਂ ਲਿਖ ਲਿਆ 7 ਨੈਕਸਟ ਸਟੈਪ ਅੱਛੇ ਤੁਸੀਂ ਕੀ ਦੇਖਣਾ ਤਿੰਨ ਦੀ ਪੇਅਰ ਬਣਾ ਕੇ ਤੁਹਾਡੇ ਕੋਈ ਅਗਲਾ ਨੰਬਰ ਕਿਹੜਾ ਬਚ ਗਿਆ ਸੀ ਬੇਟਾ 4 4 ਬਚਿਆ ਸੀ ਠੀਕ ਹੈ ਹੁਣ ਆਪਾਂ 4 ਦੇਖਾਂਗੇ ਕਿ ਕਿਹਦੇ ਘਣਮੂਲ ਜਾਏਗਾ 4 ਕਿਹਦੇ ਘਣਮੂਲ ਜਾਏਗਾ ਦੇਖੋ 2 ਦਾ ਘਣਮੂਲ ਦੇਖੀ ਜੇ 8 ਦਾ ਪਏ 1 ਦਾ ਘਣਮੂਲ ਦੇਖੀ ਜੇ 1 ਆਂਦਾ। ਮਤਲਬ ਕਿ 1 1 ਤੇ 1 ਤੋਂ ਮਤਲਬ ਕਿ 2 ਤੇ ਵੱਡਾ ਆਂਦਿਆ ਨੰਬਰ 2 ਤੇ ਵਿਖੇ 2 ਦਾ ਘਣਮੂਲ ਦੇਖੀ ਜੇ 98 ਵੱਡਾ ਆਂਦਿਆ। ਫਿਰ ਇਹ 2 3 ਹੀ ਜਾਏਗਾ ਉਸ ਤੋਂ ਪਿਛਲਾ ਨੰਬਰ ਕਿਹੜਾ ਹੋਏਗਾ 1। 1 ਦਾ ਕਯੂਬ ਇੱਥੇ ਤੁਸੀਂ ਲਾ ਦੇਣਾ 1। ਇਹਦੇ ਹੁਣ 4 ਤੇ ਔਨ ਹੀ ਨਾ ਦਿਆ ਬੇਟਾ। 4 ਦੇਖੋ ਕਿਸੇ ਦਾ ਘਣਮੂਲ ਨਹੀਂ ਆਉਂਦਾ। ਉਹਦੇ ਤੋਂ ਛੋਟਾ ਨੰਬਰ ਵੇਖ ਲਓ। ਉਹਦੇ ਤੋਂ ਛੋਟਾ ਕੀ ਹੈ ਕਿਹਦਾ ਘਣਮੂਲ ਹੈ 1 ਦਾ। ਉਹਦੇ ਸੇ ਅੱਗੇ ਲਾ ਦੇਣਾ ਠੀਕ ਹੈ ਫਿਰ ਨੈਕਸਟ ਦੇਖੋ 12167 7 ਠੀਕ ਹੈ 1 2 6 7 1 2 1 6 7 ਇਹਦੇ ਵਿੱਚੋਂ ਪਹਿਲੇ ਆਪਾਂ ਤਿੰਨ ਦੇ ਪੇਅਰ ਬਣਾਣੇ ਆ ਬਣਾ ਲੇ ਇਕਾਈ ਅੰਕ ਕੀ ਹੈ 7 ਹੁਣ ਕਿਹੜਾ ਬੇਟਾ ਇਹੋ ਜਾਂ ਨੰਬਰ ਹੈ ਜਿਹਦੇ ਮਗਰ ਜਿਹਦੇ ਇਕਾਈ ਅੰਕ ਕੀ ਹੋਵੇ 7 ਹੋਵੇ ਮਤਲਬ ਕਿ ਲਾਸਟ ਵਾਲਾ ਅੰਕ ਕੀ ਹੋਵੇ 7 ਕਿਹੜਾ ਇਹੋ ਜਾਂ ਨੰਬਰ ਹੈ ਉਹ ਨੰਬਰ ਕੀ ਹੈ 3 ਉਹਦਾ ਜੇ ਆਪਾਂ ਘਣਮੂਲ ਕੱਢਾਂਗੇ ਤੇ ਇਕਾਈ ਅੰਕ ਕਿੰ ਆਂਦੇ ਪਿਆ 7 ਮਤਲਬ ਕਿ ਲਾਸਟ ਤੇ ਨੂੰ ਸੋਲਵ ਕਰਕੇ ਤੁਹਾਨੂੰ 3 ਆਣਾ ਹੈ ਅੱਗੇ ਤੁਹਾਡਾ ਕੀ ਹੈ 12 3 ਦੇ ਪੇਅਰ ਬਣਾਏਗੇ 12 ਬਚ ਗਿਆ ਹੈ ਨਾ ਹੁਣ ਆਪਾਂ ਦੇਖਣਾ ਹੈ ਕਿ 12 ਕਿੱਥੇ ਆਏਗਾ ਜੇ ਆਪਾਂ 3 ਦਾ ਘਣ ਕੱਢਾਂਗੇ ਤੇ 27 ਆ ਗਿਆ 2 ਦਾ ਘਣ ਕੱਢਾਂਗੇ ਤੇ 8 ਮਤਲਬ ਕਿ ਅਗਲਾ ਨੰਬਰ ਵੱਡਾ ਹੈ ਨਾ 3 3 9 27 ਤੇ 2 ਦਾ ਘਣ ਕਰਾਂਗੇ 8 ਕਿ ਇਹ 2 ਤੇ ਛੰਗੇਗਾ ਠੀਕ ਹੈ ਕਿਉਂਕਿ ਅਗਲੇ ਨੰਬਰ ਤੇ ਆਪਾਂ ਜੇ ਭੇਜ ਦਿਓ ਵੱਡਾ ਆ ਜਾਂਦਾ ਤੇ ਛੋਟੇ ਨੰਬਰ ਤੇ ਭੇਜਣਾ ਉਸ ਤੋਂ ਕਿੰਨੇ ਤੇ ਭੇਜਾਂਗੇ ਫਿਰ ਆਪਾਂ 2 ਤੇ ਅੱਗੇ ਕਿਹਦਾ ਲਾਗ ਆ ਜਾਂਦਾ ਨਾ ਬੇਟਾ 2 ਠੀਕ ਹੈ ਨੈਕਸਟ ਤੁਹਾਡਾ ਕਿ ਆ ਗਿਆ 32768 ਹੁਣ ਦੇਖੋ ਇਹਦੇ ਵਿੱਚ ਪੇਰ ਬਣਾ ਲੈ ਪਹਿਲੇ ਤਿੰਨ ਦੇ ਇਹਦੇ ਵਿੱਚ ਇਕਾਈ ਦਾ ਅੰਕ ਕੀ ਹੈ 8 ਹੁਣ ਕਿਹੜਾ ਇਹੋ ਜਿਹਾ ਨੰਬਰ ਹੈ ਜ ਜਿਹਦੀ ਇਕਾਈ ਦੀ ਅੰਕ ਮਗਰ 8 ਆਉਂਦਿਆ 2 2 ਦਾ ਕਯੂਬ ਕਰਦੇ 8 ਆਉਂਦੀ ਹੈ ਨਾ ਕਿ ਕਿਹੜਾ ਨੰਬਰ 2 ਫਿਰ ਆਪਾਂ ਪਿੱਛੇ ਕੀ ਲਗਾ ਦਾਂਗੇ 2 ਲਗਾ ਦਾਂਗੇ ਅੱਗੇ ਤੁਹਾਡੇ ਕੋ ਕੀ ਬਚ ਗਿਆ 32 ਹੁਣ ਦੇਖੋ 32 ਕਿਹਦੇ ਵਿੱਚ ਆਏਗਾ 27 ਤੇ 64 ਦੇ ਇਹਨਾਂ ਗੋ ਵਿੱਚ ਘਾ ਰਹਿ ਗਿਆ ਨਾ 32 ਤੇ 64 ਤੇ ਵੱਡਾ ਤੇ ਪਿੱਛੇ ਤੋਂ ਛੋਟਾ ਕਿਹੜਾ ਹੈਗਾ 3 ਤੇ ਆਪਾਂ 3 ਅੱਗੇ ਲਗਾ ਦਾਂਗੇ ਠੀਕ ਹੈ ਇਦਾਂ ਸਾਨੂੰ ਪਤਾ ਚੱਲੇਗਾ ਕਿ ਬਿਨਾ ਗੁਨਨਖੰਡ ਕੀਤੇ ਕਿ ਇਹਦਾ ਵਰਗਮੂਲ ਜੋ ਸੌਰੀ ਕਾਣਮੂਲ ਕੀ ਨਿਕਲੇਗਾ ਇੱਥੇ ਬੇਟਾ ਤੁਹਾਡੀ ਐਕਸਰਸਾਈਜ਼ ਏ ਚੈਪਟਰ ਕੰਪਲੀਟ ਹੁੰਦਾ ਹੈ